ਮੀਡੀਆ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ, ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ। ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ, ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ, ਮੈਂ ਮਤਲਬ ਸ਼ਬਦ ਵੀ ਕਹਿ ਸਕਦਾ ਦੁਨੀਆ ਬੜੀ। ਜਿਹੜਾ ਮੈਸੇਜ ਗਿਆ ਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਹੈ, ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਛਵੀ ਆ ਬਹੁਤ ਖਰਾਬ ਹੋ ਰਹੀ ਹੈ। जलंधर में मशहूर कुल्लड़ पिज़्ज़ा, जो कि अपनी अश्लील हरकतों के कारण विवादों में रहता है, नकुदर चौक स्थित कपल की दुकान के बाहर आज दल शहीद बाबा बंदा सिंह बहादुर सिख संगठनों द्वारा प्रदर्शन किया गया। उनका कहना था कि कपल की एक और वीडियो सोशल मीडिया पर वायरल हो रही है, जिनमें कपल द्वारा लोगों को गालियां निकाली जा रही हैं। वहीं भड़के प्रदर्शनकारियों का यह भी कहना है कि कपल सामने से आकर माफी मांगे और उन पर वह एफआईआर भी कराने को अड़िग हुए हैं। इस पर जब दुकान के स्टाफ ने कपल को फोन करना चाहा तो उनका फोन भी बंद आ रहा है, क्योंकि वह इस समय इस शहर में मौजूद नहीं है। आपको बता दें कि तरह तरह के अश्लील वीडियो और गाने और रील्स बनाने वाला यह कपल विवादों में इसलिए है क्योंकि वह बिग बॉस और अन्य कार्यक्रमों में हिस्सा लेना चाहता है। अपनी गलत तरीके की मशहूरियों के कारण वह अक्सर सुर्खियों में भी बना रहता है। अब देखना यह होगा कि किस तरीके की कार्यवाही इस कपल पर होती है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਮਨਦੀਪ ਸਿੰਘ ਮੰਗੂ ਮੱਠ। ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ, ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ। ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ, ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ, ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ, ਮੈਂ ਮਤਲਬ ਸ਼ਬਦ ਨਹੀਂ ਕਹਿ ਸਕਦਾ ਦੁਨੀਆ ਬੜੀ, ਠੀਕ ਹੈ, ਇਹਨੇ ਸਾਰੀ ਦੁਨੀਆ ਨੂੰ ਕਹਿ ਦਿੱਤਾ। ਮੈਂ ਉਹ ਪੁੱਛਣਾ ਚਾਹੁੰਦਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ, ਅਤੇ ਆਪਣਾ ਜਿਹੜਾ ਇਹ ਆ ਸੰਸਾਰ ਆ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿ ਦਿੱਤਾ ਇਹ ਦੁਨੀਆ ਬੜੀ, ਦੁਨੀਆ 'ਚ ਸਾਰੇ ਹੀ ਆ ਜਾਂਦੇ ਨੇ। ਅਤੇ ਮੈਂ ਤਾਂ ਸਪੱਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ, ਵੀ ਤੂੰ ਕੰਮ ਕਿੱਦਾਂ ਦੇ ਕਰ ਰਿਹਾ ਆ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ, ਪਹਿਲਾਂ ਤਾਂ ਤੂੰ ਏਡਾ ਮਾੜਾ ਕੰਮ ਕੀਤਾ, ਉਹ ਤੋਂ ਬਾਅਦ ਤੂੰ ਹੁਣ ਇੱਕ ਪੱਗ ਬੰਨ ਕੇ ਫਿਰ ਤੂੰ ਕਹਿਤਾ ਵੀ ਦੁਨੀਆ ਬੜੀ ਇਹ, ਅਤੇ ਇਸ ਕਰਕੇ ਮੈਂ ਉਹਦਾ ਸਪੱਸ਼ਟੀਕਰਨ ਲੈਣ ਆਇਆ। ਅਤੇ ਮੈਂ ਇੱਥੇ ਆਇਆ ਹੋਇਆ ਅਤੇ ਗਿਆ ਹੋਇਆ ਜੈਪੁਰ, ਅਤੇ ਅਸੀਂ ਇੱਥੇ ਹੀ ਬੈਠੇ ਹਾਂ ਜਦ ਤੱਕ ਉਹ ਆਉਂਦਾ ਨਹੀਂ ਆ, ਅਤੇ ਜਦੋਂ ਤੱਕ ਉਹ ਆਉਂਦਾ ਨਹੀਂ ਹੈ ਸਪੱਸ਼ਟੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ, ਉਹ ਚਾਹੁੰਦਾ ਕੀ ਆ, ਠੀਕ ਹੈ ਨਾ ਜੀ। ਬਿਲਕੁਲ, ਮੈਂ ਜਿੱਥੇ ਤੱਕ ਮੇਰਾ ਆਪਣਾ ਮਾਇੰਡ ਆ ਵੀ ਇਹ ਨਾ
ਸਰਦਾਰ ਨਹੀਂ ਹੈ, ਸਰਦਾਰਾਂ ਦੇ ਨਾਮ ਤੇ ਕਲੰਕ ਆ। ਇਹ ਬਿਗ ਬੋਸ ਦੇ ਵਿੱਚ ਜਾਣ ਕਾਰਨ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ। ਉਹ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਵਰ ਜ਼ਿਆਦਾ ਹੁੰਦੇ ਨੇ, ਲੜਕੇ ਦੇ ਫੋਲੋਵਰ ਇੰਨੇ ਨੇ, ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫਿਰ ਦੁਬਾਰਾ ਇੱਦਾਂ ਦੀ ਹਰਕਤ ਕਰੂਗਾ। ਅਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕ ਆ, ਵੀ ਸਾਨੂੰ ਤਾਂ ਸ਼ਰਮ ਆਉਂਦੀ ਇਹਨੂੰ ਸਰਦਾਰ ਕਹਿੰਦੇ। ਨਹੀਂ ਬੈਠੇ ਕੀ ਰਹੋਗੇ, ਅਸੀਂ ਘੰਟਾ ਦੋ ਡੀਕਾਂਗੇ, ਉਸ ਤੋਂ ਬਾਅਦ ਅਸੀਂ ਅੱਗ। ਬਾਬਾ ਜੀ ਤੁਹਾਨੂੰ ਕਿਵੇਂ ਬਾਬਾ ਜੀ ਤੁਹਾਨੂੰ ਪਤਾ ਲੱਗਾ ਕਿ ਜੈਪੁਰ ਗਏ ਵੇ? ਇੱਥੇ ਵਿਹਲੇ ਥੋੜੋ। ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਾ ਜੈਪੁਰ ਗਏ ਵੇ? ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ, ਸਾਨੂੰ ਲੋਕਾਂ ਨੇ ਪਾਈ ਆ ਵੀਡੀਓ। ਸਾਨੂੰ ਤੁਹਾਡੀ ਹੁਣ ਉਹਨਾਂ ਦੇ ਫੋਨ ਨਾਲ ਗੱਲ ਹੋਈ? ਨਹੀਂ, ਉਹਨਾਂ ਦੇ ਨਾਲ ਕੋਈ ਗੱਲ ਨਹੀਂ, ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਆ ਥੱਲੇ ਜੈਪੁਰ ਗਏ ਆ, ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸੀ, ਤੁਹਾਡੀ ਕੀ ਕਹਿੰਦੀ, ਤੁਸੀਂ ਕਿਉਂ ਪਾਈ ਹੈ ਇਹ, ਕਿਹੜੀ ਦੁਨੀਆ ਨੂੰ ਕਿਹਾ ਤੁਸੀਂ, ਕਿਹੜੀ ਦੁਨੀਆ ਦੀ ਗੱਲ ਕੀਤੀ ਆ ਤੁਸੀਂ, ਠੀਕ ਆ ਨਾ, ਵੀ ਤੁਸੀਂ ਕਿਹਨਾਂ ਨੂੰ ਕਿਹਾ। ਹਾਂਜੀ।